ਬਾਈਕਾ ਬੁਈਕਾ ਗੱਡੀ ਤੇ ਕੱਪੜਾ ਮਰਾਣਾ ਹੋਵੇ ਹੋਰ ਵੀ ਸ਼ੋਪ ਤੇ ਕਾਫੀ ਵਧੀਆ ਵਧੀਆ ਸ਼ੂਜ਼ ਮਿਲਦੇ ਆ ਸੋ ਤੁਸੀਂ ਵੀ ਜਰੂਰ ਵਿਜ਼ਿਟ ਕਰਿਓ ਭਈ ਆਪਣਾ ਐਡਰੈਸ ਦੱਸ ਦਿਓ ਹੈਲੋ ਗਾਇਜ਼ ਵੈਲਕਮ ਬੈਕ ਟੂ ਨਿਊ ਵਲੌਗ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਵਧੀਆ ਸੋ ਅੱਜ ਆਪਾਂ ਵਲੌਗ ਸ਼ੁਰੂ ਕਰਨ ਵਾਲੇ ਹਾਂ ਪਿਛਲਾ ਵਲੌਗ ਤੁਸੀਂ ਦੇਖਿਆ ਹੋਣਾ ਆਪਣੀ ਬਾਈਕ ਦਾ ਕਿੱਦਾਂ ਕੰਮ ਹੋਇਆ ਸੀਗਾ ਭਰਾ ਦੀ ਬਾਈਕ ਦਾ ਕੰਮ ਕਰਾਉਣ ਚੱਲੇ ਹਾਂ ਇਹਦਾ ਵੀ ਕੰਮ ਦੇਖਦੇ ਹਾਂ ਕਿੱਦਾਂ ਦਾ ਹੁੰਦਾ ਆ ਸੋ ਇਹਨੇ ਆਪਣੇ ਇੰਡੀਕੇਟਰ ਵਗੈਰਾ ਪਵਾਉਣੇ ਆ ਨਾਲ ਥੋੜ੍ਹਾ ਬਹੁਤ ਛੋਟੇ ਮੋਟੇ ਕੰਮ ਕਰਾਉਣੇ ਆ ਸੋ ਸਾਡਾ ਕੁੱਤਾ ਇਹਨੂੰ ਬਸ ਅੰਦਰ ਜਾਣ ਦੀ ਪਈ ਰਹਿੰਦੀ ਆ ਬਾਹਰ ਪੂਰਾ ਦਿਨ ਘੁੰਮਦਾ ਰਹਿੰਦਾ ਬਾਅਦ 'ਚ ਉਹਨੂੰ ਅੰਦਰ ਪਾ ਲਓ ਅਤੇ ਮੇਰੀ ਬਾਈਕ ਤਾਂ ਉੱਥੇ ਖੜੀ ਵੀ ਇਹਦੇ ਵੀ ਥੋੜ੍ਹੇ ਬਹੁਤ ਕੰਮ ਸੀਗੇ ਪਰ ਇਹ ਚੱਲ ਕੋਈ ਨਾ ਬਾਅਦ 'ਚ ਕਰਾ ਲਵਾਂਗੇ ਅਤੇ ਆਪਣਾ ਹੁਣ ਚੱਲਦੇ ਹਾਂ ਤਾਂ ਕਿਸੇ ਨੂੰ ਨਹੀਂ ਮਿਲਣੀ ਘਰ ਦੇ ਬਾਹਰ ਹੀ ਕੰਮ ਹੋ ਰਿਹਾ ਇਹ ਤਾਂ ਜਾਣਾ ਪੈਂਦਾ ਦੁਕਾਨਾਂ 'ਤੇ ਚੱਲੀਏ ਫਿਰ ਤੂੰ ਰਹਿ ਮੈਂ ਚੱਲਦਾ ਥੋੜ੍ਹਾ ਬੈਂਕ ਆਇਆ ਆਪਣਾ ਬੈਂਕ ਦਾ ਕੰਮ ਕਰਾਉਣ ਅਤੇ ਬੈਂਕ ਦਾ ਕੰਮ ਹੋ ਗਿਆ ਹੁਣ ਚੱਲਦੇ ਹਾਂ ਬਾਈਕ ਦਾ ਕੰਮ ਕਰਾਉਣ ਘਰੋਂ ਲੈ ਕੇ ਆਏ ਸੀ ਇਹਨੇ ਪਹਿਲਾਂ ਲਵਾਏ ਸੀ ਇੱਥੇ ਸੋ ਸ਼ੋਪ 'ਤੇ ਚੈੱਕ ਕਰਵਾਇਆ ਚੱਲਿਆ ਜੀ ਜੇ ਆਪ ਬੇਨਤੀ ਕਰੀਏ ਨਾ ਝੋਲੇ ਜੇ ਪਾ ਲਓ ਰੱਖਣਾ ਅੰਕਲ ਨੂੰ ਦੇਖਤਾ ਦਾਨ ਦੱਸਤਾ ਕੀ ਕਰੀਏ ਹੁਣ ਕੰਮ ਤਾਂ ਹੈ ਨਹੀਂ ਕਿਸੇ ਨੂੰ ਆਪਾਂ ਸ਼ੋਪ 'ਤੇ ਆਏ ਸੀਗੇ ਮੋਟੀਵੇਸ਼ਨ ਵਾਲੀ ਇੱਥੇ ਆਪਾਂ ਇੰਡੀਕੇਟਰ ਦਾ ਪਤਾ ਕਰਦੇ ਪਏ ਜੇ ਮਿਲਦੇ ਉਦੋਂ ਇੰਡੀਕੇਟਰ ਫਾਈਨਲ ਕਰ ਲਿਆ ਲਵਾਉਂਦੇ ਆਪਣੀ ਬਾਈਕ 'ਤੇ ਭਾਈ ਪਿੱਛੇ ਪੂਰੀ ਮੋਡੀਫਿਕੇਸ਼ਨ ਦੀ ਦੁਕਾਨ ਹੈ ਜੋ ਵੀ ਆਪਣਾ ਬਾਈਕ ਦਾ ਕੰਮ ਕੁੰਮ ਆਪਾਂ ਇੱਥੇ ਕਰਵਾਉਂਦੇ ਹੁੰਦੇ ਹਾਂ ਸੋ ਹੁਣ ਉਹਨੇ ਇੰਡੀਕੇਟਰ ਲੈ ਲਏ ਆ ਸੋ ਇੰਡੀਕੇਟਰ ਆਪਣੀ ਹੁਣ ਬਾਈਕ 'ਤੇ ਇੰਸਟਾਲ ਕਰਾਵਾਂਗੇ ਫਿਰ ਦੇਖਦੇ ਹਾਂ ਕਿੱਦੇ ਲੱਗਦੀ ਵਾਈਟ ਕਹਿ ਰਹੇ ਸੀ ਵਾਈਟ ਮੈਂ ਕਿਹਾ ਕੰਮ ਨਹੀਂ ਆਉਣੀ ਧੁੰਦ ਦੇ ਵਿੱਚ ਸੋ ਆਪਾਂ ਤਾਂ ਕਰਕੇ ਪੀਲੇ ਵਾਲੀ ਲਈ ਆ ਇਹ ਕੰਮ ਆਊਂਗੀ ਸੋ ਧੁੰਦ ਜਿੱਦਾਂ ਪਤਾ ਹੀ ਹੈ ਤੁਹਾਨੂੰ ਬਾਕੀ ਲਵਾਉਂਦੀ ਹਾਂ ਬਾਈਕ 'ਤੇ ਇੰਡੀਕੇਟਰ ਦਾ ਸੀਨ ਕੁਛ ਇੱਦਾਂ ਹੋਇਆ ਸੀਗਾ ਸੀਨ ਇੱਦਾਂ ਇਹਦੇ ਇੰਡੀਕੇਟਰ ਆਪਾਂ ਲੈ ਲਏ ਸੀ ਇੰਡੀਕੇਟਰ ਉਹ ਕਹਿੰਦੇ ਕਾਫੀ ਟਾਈਮ ਲੱਗਣਾ ਸੋ ਟਾਈਮ ਦੇ ਵਿੱਚ ਆਪਾਂ ਗਿਆ ਚੱਲ ਕੇ ਮਾੜਾ ਮੋਟੇ ਹੋਰ ਵੀ ਸਾਨੂੰ ਕੰਮ ਸੀਗੇ ਸ਼ੂਜ਼ ਲੈਣੇ ਸੀਗੇ ਮੈਂ ਅਤੇ ਇੱਕ ਅੱਧੀ ਸ਼ਰਟ ਦੇਖੀ ਸੇਖਣੀ ਸੀਗੀ ਹੁਣ ਆਪਾਂ ਬਾਜ਼ਾਰ ਜਾਣਾ ਸੀਗਾ ਸੋ ਵਿੱਚ ਮੈਂ ਟੇਕ ਲਿਆ ਨਹੀਂ ਭੁੱਲ ਗਿਆ ਮੈਨੂੰ ਪਤਾ ਨਹੀਂ ਲੱਗਾ ਸੋ ਫਿਰ ਆਪਾਂ ਸ਼ੂ ਵਾਲੀ ਦੁਕਾਨ 'ਤੇ ਗਏ ਸੀਗੇ ਇਸ ਤੋਂ ਅਗਲਾ ਜੋ ਸੀਨ ਆ ਆਪਣੀ ਸ਼ੂ ਵਾਲੀ ਦੁਕਾਨ ਦਾ ਹੀ ਆ ਸੋ ਮੈਂ ਕਿਹਾ ਵਿੱਚ ਟੇਕ ਦੱਸ ਦੇਵਾਂ ਹੁਣ ਆਪਾਂ ਥੋੜ੍ਹੇ ਸ਼ੂ ਬਾਈ ਕੀਤੇ ਆ ਤੂੰ ਭਾਈ ਦੀ ਸ਼ੋਪ ਤੋਂ ਅਤੇ ਭਾਈ ਸ਼ੋਪ 'ਤੇ ਕਾਫੀ ਵਧੀਆ ਵਧੀਆ ਸ਼ੂਜ਼ ਮਿਲਦੇ ਆ ਸੋ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਇਹ ਆਪਣਾ ਐਡਰੈਸ ਦੱਸ ਦਿਓ ਮਾੜਾ ਜਿਹਾ ਸ਼ੋਪ ਦਾ ਸਟੈਰੀ ਰੋਡ ਆ ਹਾਂਜੀ ਹਾਂਜੀ ਕਾਫੀ ਜੈਨੂਅਲ ਪ੍ਰਾਈਜ਼ ਦਾ ਭਾਈ ਦੇ ਸੋ ਮੈਂ ਆਹ ਵਾਲੇ ਸ਼ੂਜ਼ ਬਾਈ ਕੀਤੇ ਆ ਕਾਫੀ ਜੈਨੂਅਲ ਪ੍ਰਾਈਜ਼ ਮਿਲ ਰਹੇ ਆ ਸੋ ਪਹਿਲਾਂ ਵੀ ਤੋਂ ਆਹੀ ਨਾਲ ਲੈ ਲਏ ਆ ਸੋ ਇਹਨਾਂ ਦੇ ਲੇਜ਼ ਵਗੈਰਾ ਵੀ ਚੇਂਜ ਹੋ ਜਾਂਦੇ ਆ ਸੋ ਸ਼ੂਜ਼ ਲੈਣੇ ਹੁਣ ਚੱਲਦੇ ਸ਼ੂ ਆਪਾਂ ਬਾਈ ਕਰ ਲਿਆ ਸ਼ੂ ਬਾਈ ਕਰਕੇ ਆਪਾਂ ਹੁਣ ਨਿਕਲਦੇ ਹਾਂ ਹੁਣ ਕਿੱਥੇ ਜਾਣਾ ਹੈਗਾ ਤੈਨੂੰ ਕੰਮ ਕੀ ਹੋ ਜਾਣਾ ਸ਼ੋਪ 'ਤੇ ਉਹਨਾਂ ਦੀ ਇੱਕ ਵਾਰੀ ਕਮੀਜ਼ ਦਾ ਪਤਾ ਕਰੀਏ ਸ਼ੋਪ 'ਤੇ ਜਾ ਕੇ ਹੋਰ ਕੀ ਕੰਮ ਹੈਗਾ ਤੈਨੂੰ ਅਤੇ ਹੁਣ ਸਗੋਂ ਕਹੀ ਇੱਕ ਨਾ ਸ਼ਰਟ ਦੇਖੀ ਸੀ ਵਾਈਟ ਵਾਲੀ ਸੋ ਪਤਾ ਕਰਕੇ ਆਉਂਦੇ ਹਾਂ ਜੇ ਹੋਈ ਤਾਂ ਦੁਕਾਨ 'ਤੇ ਆਪਾਂ ਥੋੜ੍ਹਾ ਆਏ ਹਾਂ ਕੱਪੜੇ ਵਾਲੀ ਸ਼ੋਪ 'ਤੇ ਥੋੜ੍ਹਾ ਕੱਪੜੇ ਕੁੱਪੜੇ ਲੈਣੇ ਸ਼ਰਟ ਪਸੰਦ ਆਏ ਸੀ ਮੈਂ ਇੱਥੇ ਬਦਲ ਲਈ ਆ ਸੋ ਦੂਜੀ ਆਪਾਂ ਪੈਕ ਕਰਾ ਲਈ ਆ ਅਤੇ ਚੱਲਦੇ ਉਸ ਤੋਂ ਆਪਾਂ ਕਮੀਜ਼ਾਂ ਕਮੂਜ਼ਾਂ ਲੈ ਲਈਆਂ ਅਤੇ ਹੁਣ ਆਪਾਂ ਚੱਲਦੇ ਹਾਂ ਇੰਡੀਕੇਟਰ ਦਾ ਕੰਮ ਕਰਾਉਣ ਸੋ ਭਾਈ ਨੇ ਘੰਟੇ ਦਾ ਟਾਈਮ ਦਿੱਤਾ ਸੀ ਘੰਟਾ ਸਾਨੂੰ ਬਾਜ਼ਾਰ 'ਚ ਹੋ ਹੀ ਗਿਆ ਹੋਣਾ ਆ ਫਾਈਨਲੀ ਸ਼ੋਪ 'ਤੇ ਪਹੁੰਚ ਗਏ ਆ ਸੋ ਸ਼ਰਟ ਵੀ ਦੇ ਸਕਦੇ ਚੇਂਜ ਹੋ ਗਈ ਆ ਕਿਉਂਕਿ ਮੈਂ ਜਿਹੜਾ ਵੀ ਨਵਾਂ ਕੱਪੜਾ ਲੈਂਦਾ ਸ਼ੋਪ 'ਤੇ ਪਾ ਕੇ ਆ ਜਾਂਦਾ ਸੋ ਹੁਣ ਸ਼ੋਪ 'ਤੇ ਆ ਗਏ ਹਾਂ ਥੋੜ੍ਹਾ ਬਹੁਤ ਬਾਈਕ ਦਾ ਕੰਮ ਕੁੰਮ ਕਰਵਾਉਂਦੇ ਹਾਂ ਭਾਈ ਨੇ ਘੰਟੇ ਦਾ ਟਾਈਮ ਦਿੱਤਾ ਸੀ ਘੰਟਾ ਸਾਨੂੰ ਹੋ ਗਿਆ ਬਾਕੀ ਕਿੱਥੇ ਇੱਥੇ ਉੱਪਰ ਉੱਪਰ ਨਹੀਂ ਸ਼ੇਕ ਤਾਂ ਮੁੜ ਕੇ ਕਰਨੇ ਇਹ ਲੱਗਣੇ ਮੈਂ ਤੁਹਾਨੂੰ ਫੇਰ ਦੱਸ ਦਿੰਦਾ ਇੱਦਾਂ ਬਣ ਜਾਣੀ ਆ ਗੱਲ ਬਸ ਥੱਲੇ ਨੂੰ ਨਹੀਂ ਭਾਈ ਇਹ ਸਿੱਧਾ ਨਹੀਂ ਆਣਾ ਸਿੱਧਾ ਨਹੀਂ ਆਊਗਾ ਨਹੀਂ ਸ਼ੋਕਰ ਦੇ ਇਹ ਭਾਈ ਟੁੱਟ ਨਾ ਜਾਣਾ ਇੰਨੇ ਅੰਦਰ ਲਾ ਦਿੰਨੇ ਜਾਂ ਇੰਨੇ ਅੰਦਰ ਪਹਿਲਾਂ ਵੀ ਇੱਥੇ ਹੁੰਦੇ ਇਹ ਤਾਂ ਸ਼ੋਅ ਤਾਂ ਉਧਰ ਨੂੰ ਹੀ ਆ ਡਿਟੇਲ ਵਾਲੀ ਤਾਂ ਨਹੀਂ ਪਤਾ ਲੱਗਦੀ ਥੱਲੇ ਠੀਕ ਆ ਥੱਲੇ ਵਧੀਆ ਲੱਗਣਾ ਇੱਥੇ ਠੀਕ ਆ ਇੱਥੇ ਲਾ ਦੋ बकरी बना ये बड़ी अच्छी बात कही आप।
ਸੁਣਾਈ ਵਾਲੇ ਆਪਾਂ ਇੰਡੀਕੇਟਰ ਐਕਸਚੇਂਜ ਸਟੋਰ ਕਰਾਵਾਂਗੇ। ਉੱਪਰ ਥੋੜ੍ਹਾ ਬੱਕਰਾ ਟਾਈਪ ਲੱਗਣਾ ਜਿੱਦਾਂ ਦੱਸਿਆ ਤੁਹਾਨੂੰ, ਅਤੇ ਇੰਡੀਕੇਟਰ ਆਪਣੇ ਆ ਗਏ ਆ, ਅੱਗੇ ਪਿੱਛੇ ਦੋਨੋਂ ਘਰ ਲੱਗਣੀ ਬਾਈਕ ਲਾ ਲਈ ਬੰਦੇ ਨੇ ਪਾਸ ਹੋ ਜਾਂਦੀ ਹੈ ਰੈਂਟ, ਇਹਨੂੰ ਗਾਲਾ ਜ਼ਰੂਰ ਕੱਢਿਓ ਦੇਖ ਕੇ। ਕੱਪੜਾ ਮਾਰਿਆ ਗਾਈਸ, ਬੰਦੇ ਕੋਲ ਬਾਈਕਾਂ ਬੁਈਕਾਂ ਗੱਡੀ 'ਤੇ ਕੱਪੜਾ ਮਰਾਉਣਾ ਹੋਵੇ, ਹੋਰ ਚੀਜ਼ਾਂ ਚੀਜ਼ਾਂ ਪਾਸ ਕਰਾਉਣੀ ਹੋਣ ਅਤੇ ਜ਼ਰੂਰ ਹੈ, ਆਹ ਬੰਦੇ ਨੂੰ ਜ਼ਰੂਰ ਫੋਲੋ ਕਰੋ। ਸੁਬਹ ਹੁਣ ਥੋੜ੍ਹਾ ਕੁਲਚੇ ਕੁਲਚੇ ਖਾਣ ਲੱਗੇ ਹਾਂ, ਭੁੱਖ ਬਹੁਤ ਤੇਜ਼ ਲੱਗੀ ਸੀਗੀ, ਸਾਹਮਣੇ ਆਪਣੀ ਰੇਹੜੀ ਸੀਗੀ ਜਾ ਰਹੀ, ਇੱਥੋਂ ਕਰਾ ਲਏ ਕੁਲਚੇ ਗਰਮ ਗਰਮ ਖਾਂਦੇ ਹਾਂ, ਬਾਕੀ ਦੇਖਦੇ ਹਾਂ ਕੰਮ ਇਹਦਾ। ਫਾਈਨਲੀ ਲਾਈਟਿੰਗ ਵਗੈਰਾ ਦਾ ਕੰਮ ਹੋ ਗਿਆ, ਮਾੜੀ ਜੀ ਮੈਂ ਕਿਹਾ ਦਾਦੀ ਹੈ ਮਾੜਾ ਮੋਟਾ ਭਾਈ ਤੋਰੋ। ਫਿਰ ਬਾਈਕ ਦਾ ਕੰਮ ਕੁੰਮ ਕਰਵਾ ਲਿਆ ਸੀ, ਹੁਣ ਬਾਈਕ ਨੂੰ ਥੋੜ੍ਹਾ ਜਿਹਾ ਵੋਸ਼ ਕਰਵਾਉਣਾ ਆ ਜਾ ਕੇ, ਅਤੇ ਹੁਣ ਆਪਾਂ ਥੋੜ੍ਹਾ ਖਾਣ ਪੀਣ ਬੈਠੇ ਹਾਂ, ਭੁੱਖ ਬਹੁਤ ਲੱਗੀ ਪਈ ਆ। ਠੀਕ ਰਾਣੀ ਆ, ਅਤੇ ਦੋ ਕੁਲਚੇ ਕਰਵਾਉਣੇ ਆਪਾਂ ਖਾਣ ਲਈ, ਭਾਈ ਦੀ ਕੁਲਚੇ ਖਾ ਸੀ ਆਪਾਂ ਗਿਆ ਇੱਕ ਵਾਰੀ, ਫਿਰ ਖਾ ਕੇ ਦੇਖ ਲਈ ਇਹ ਪ੍ਰਮੋਸ਼ਨ ਹੋ ਰਹੀ ਆ। ਠੀਕ ਆ, ਯੂਟਿਊਬ 'ਤੇ ਆਓਗੇ, ਯੂਟਿਊਬ 'ਤੇ ਹੈ ਦੇਖ ਲੈਣਾ। ਠੀਕ ਆ, ਕੁਲਚੇ ਕੁਲਚੇ ਖਾਂਦੇ ਹਾਂ, ਮੈਂ ਨਿਕਲ ਰਹੀ ਹਾਂ ਥੋੜ੍ਹਾ ਧੁਆਨ ਬਾਈਕ ਨੂੰ। ਯਾਰ 500-600 ਨਾ ਗਈ ਹੈ, ਇਹ ਤਾਂ ਘੱਟ ਕਹਿ ਰਹੇ ਹਾਂ, 1000 ਰੁਪਈਆ ਤਾਂ ਪੈਂਦੀ ਹੋਣੀ। ਕੁਲਚੇ ਆਪਣੇ ਗਰਮ ਨਿਊਟਰੀ ਕੁਲਚੇ ਖਾ ਲਓ, ਬਾਜ਼ਾਰ ਵੀ ਉੱਠਦੇ ਸਾਰੇ ਕੰਮ ਕਰ ਲਏ ਆ, ਸ਼ਾਮ ਹੋ ਗਈ ਆ, ਥੋੜ੍ਹੇ ਵੀ ਗਾਲਾਂ ਪੈ ਰਹੀਆਂ ਹੁਣ ਤੱਕ, ਅਤੇ ਹੁਣ ਬਸ ਥੋੜ੍ਹਾ ਬਹੁਤ ਜੂਸ ਪੀਂਦੇ ਹਾਂ ਫਿਰ ਨਿਕਲਦੇ ਹਾਂ ਘਰ ਤੋਂ। ਗਾਈਸ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ, ਜੇ ਵਲੌਗ ਵਧੀਆ ਲੱਗਾ ਹੋਊਗਾ ਤਾਂ ਲਾਈਕ ਕਮੈਂਟ ਸ਼ੇਅਰ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ।